ਕਿਸਾਨਾਂ ਦਾ ਖੇਤੀ ਸੰਘਰਸ਼ ਹੁਣ ਸੂਬਾ ਪੱਧਰ ਉੱਤੇ ਵੀ ਉਭਰਨ ਲੱਗਿਆ ਔਰ ਭਾਜਪਾ ਆਗੂਆਂ ਦੀ ਨੀਂਦ ਉੱਡਦੀ ਨਜ਼ਰ ਆਉਣ ਲੱਗ ਗਈ ਹੈ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਅ ਜਿਹੜਾ ਕਰਨਾ ਉਹ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਵਿਸ਼ੇਸ਼ ਤੌਰ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਘੇਰਿਆ ਗਿਆ ਆ ਕਿਸਾਨਾਂ ਦੇ ਵੱਲੋਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਿਆ ਗਿਆ ਆ ਔਰ ਇਹਨਾਂ ਦੇ ਨਾਲ ਨਾਲ ਦੋ ਹੋਰ ਭਾਜਪਾ ਦੇ ਆਗੂ ਨੇ ਜਿਨ੍ਹਾਂ ਦੇ ਘਰ ਦਾ ਘਿਰਾਅ ਜਿਹੜਾ ਉਹ ਸੂਬਾ ਪੱਧਰ ਦੇ ਉੱਤੇ ਕੀਤਾ ਗਿਆ, ਯਾਨੀ ਕਿ BKU ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਵਿਸ਼ੇਸ਼ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਔਰ ਉਸ ਧਰਨੇ ਦੇ ਵਿੱਚ ਇੱਕ ਕਿਸਾਨ ਅਚਾਨਕ ਮੌਤ ਦੀ ਨੀਂਦ ਸੋ ਜਾਂਦਾ। ਕਿਸਾਨ ਦਾ ਨਾਮ ਨਰਿੰਦਰਪਾਲ ਸਿੰਘ ਸ਼ਰਮਾ ਆ ਔਰ ਉਹ ਕਿਸਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅੱਖਾਂ ਮੀਟ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਹੀ ਸ਼ਰਧਾਂਜਲੀ ਉਸ ਕਿਸਾਨ ਨੂੰ ਦਿੱਤੀ ਜਾਂਦੀ ਹੈ। ਇਹ ਤੀਜਾ ਕਿਸਾਨ ਹੈ ਜਿਹੜਾ ਅਚਾਨਕ ਅੱਖਾਂ ਮੀਟ ਗਿਆ, ਦਿਲ ਦਾ ਦੌਰਾ ਪੈਣ ਕਰਕੇ ਤੀਜੇ ਕਿਸਾਨ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ੱਬੂ ਅਤੇ ਖਨੌਰੀ ਬਾਰਡਰ ਦੇ ਉੱਤੇ ਇੱਕ ਇੱਕ ਕਿਸਾਨ ਜਿਹੜੇ ਨੇ ਉਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਸੁਧਾਰ ਗਏ ਨੇ। ਸ਼ੰਭੂ ਬਾਰਡਰ ਦੇ ਉੱਤੇ ਗਿਆਨ ਸਿੰਘ ਅਤੇ ਖਨੌਰੀ ਬਾਰਡਰ ਦੇ ਉੱਤੇ ਇੱਕ ਹੋਰ ਕਿਸਾਨ ਅਚਾਨਕ ਸ਼ਹੀਦ ਹੋ ਜਾਂਦਾ, ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਅਚਾਨਕ ਕਿਸਾਨਾਂ ਦੇ ਵਿੱਚ ਜਿਹੜੀ ਹੈ ਉਹ ਹਾਹਾਕਾਰ ਮੱਚ ਜਾਂਦੀ ਹੈ। ਖੈਰ, ਇਸ ਮਾਮਲੇ ਨੂੰ ਲੈ ਕੇ ਜੇ ਸੂਬਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਟੋਲ ਪਲਾਜ਼ੇ ਫ੍ਰੀ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾਜ਼ ਫ੍ਰੀ ਕੀਤੇ ਗਏ ਨੇ ਔਰ 13 ਜ਼ਿਲ੍ਹਿਆਂ ਦੇ ਵਿੱਚ 23 ਟੋਲ ਪਲਾਜ਼ਾਜ਼ ਫ੍ਰੀ ਕਰ ਦਿੱਤੇ ਗਏ ਨੇ। ਇਹਨਾਂ ਟੋਲ ਪਲਾਜ਼ਾਸ ਦੇ ਉੱਤੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਆ ਔਰ ਨਾਲ ਦੀ ਨਾਲ ਇਸ ਧਰਨੇ ਨੂੰ ਅੱਗੇ ਜਾਰੀ ਰੱਖਣ ਦੀ ਗੱਲ ਵੀ ਕਿਸਾਨ ਕਰਦੇ ਨਜ਼ਰ ਆ ਰਹੇ ਨੇ। ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਇਸ ਪ੍ਰਦਰਸ਼ਨ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਸਾਹਮਣੇ ਨਹੀਂ ਆਈਆਂ ਸੀ, ਉਹ ਹੁਣ ਨਾਲ ਰਲ ਕੇ ਅਤੇ ਸੂਬਾ ਪੱਧਰ ਦੇ ਉੱਤੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਕੰਮ ਕਰ ਰਹੀਆਂ ਨੇ, ਟੋਲ ਪਲਾਜ਼ੇ 'ਤੇ ਜਾ ਕੇ ਧਰਨੇ ਲਾ ਰਹੀਆਂ ਨੇ, ਕੇਂਦਰੀ ਮੰਤਰੀਆਂ ਦੀਆਂ ਰਿਹਾਇਸ਼ਾਂ ਘੇਰਦੀਆਂ ਪਈਆਂ ਨੇ ਔਰ ਨਾਲ ਦੀ ਨਾਲ ਹੀ ਉਹਨਾਂ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ BKU ਗਰਾਹਾਂ ਦੀ ਤਾਂ ਉਹਨਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਗਰਾਹਾਂ ਵੱਲੋਂ ਵੀ ਹਾਲ ਹੀ ਦੇ ਵਿੱਚ ਹੋਈ ਮੀਟਿੰਗ ਦੀ ਨਿਖੇਧੀ ਕੀਤੀ ਗਈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੀ ਤਜਵੀਜ਼ ਭਾਜਪਾ ਨੇ ਦਿੱਤੀ ਸੀ ਉਹ ਗੁੰਮਰਾਹਕੁੰਨ ਤਜਵੀਜ਼ ਸੀਗੀ, ਜੋ ਕਿ ਕਿਸਾਨਾਂ ਦੇ ਵਾਸਤੇ ਗਲਤ ਸੀ ਔਰ 23 ਦੀਆਂ 23 ਫਸਲਾਂ ਦੇ ਉੱਤੇ MSP ਦੀ ਲੋੜ ਹੈਗੀ ਹੈ। ਉਹਨਾਂ ਨੇ ਵੀ ਇਸ ਗੱਲ ਨੂੰ ਕਬੂਲਿਆ। ਖੈਰ, ਇੱਕ ਪਾਸੇ ਕਿਸਾਨਾਂ ਦੀ ਦੁਬਾਰਾ ਦਿੱਲੀ ਜਾਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ, ਕਿਸਾਨ ਸ਼ਹੀਦ ਹੋ ਰਹੇ ਨੇ, ਤੀਜਾ ਕਿਸਾਨ ਪਟਿਆਲੇ 'ਚ ਸ਼ਹੀਦ ਹੋ ਗਿਆ, ਜਦਕਿ ਦੂਜੇ ਪਾਸੇ BKU ਖਾਸ ਕਰਕੇ ਉਗਰਾਹਾਂ ਵਾਲੇ ਜਥੇਬੰਦੀ ਨੇ ਟੋਲ ਪਲਾਜ਼ਾਜ਼ ਫ੍ਰੀ ਕਰਨ ਦਾ ਅੰਦੋਲਨ ਜਿਹੜਾ ਉਹ ਛੇੜ ਦਿੱਤਾ ਹੈ। ਵੱਖ ਵੱਖ ਥਾਵਾਂ 'ਤੇ ਟੋਲ ਪਲਾਜ਼ਾਜ਼ 'ਤੇ ਜਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਆ, ਉਹਨਾਂ ਟੋਲ ਪਲਾਜ਼ਾਜ਼ ਨੂੰ ਬੰਦ ਕੀਤਾ ਜਾ ਰਿਹਾ। ਖੈਰ, ਆਉਂਦੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਉਹ ਸਮਾਂ ਦੱਸੇਗਾ, ਪਰ ਫਿਲਹਾਲ ਹੁਣ ਕਿਸਾਨ ਦੁਬਾਰਾ ਇੱਕ ਸਾਰ ਰਲਦੇ ਨਜ਼ਰ ਆ ਰਹੇ ਨੇ। ਵੱਡੇ ਪੱਧਰ 'ਤੇ ਨਹੀਂ ਪਰ ਅੰਦਰ ਖਾਤੇ ਜ਼ਰੂਰ ਕਿਸਾਨ ਇੱਕ ਦੂਸਰੇ ਦੇ ਨਾਲ ਖੜ੍ਹਦੇ ਨਜ਼ਰ ਆਉਣ ਲੱਗੇ ਨੇ। ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ, ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। Subscribe to One India channel and never miss an update.